अमृतसर एयरपोर्ट पुलिस ने आज एयरपोर्ट के नज़दीक एक फ्लैट के विच रह रहे गिरोह नूं काबू किया। काबू किए गए गिरोह के 5 व्यक्तियों नूं गुप्त सूचना के आधार पर काबू किया ते इह किसी वड्डी वारदात नूं अंजाम देण दी फराक दे विच सन। पुलिस नूं इन्हां दे कोलों 23 धार हथियार अते 105 ग्राम समैक भी हासिल हुई है अते 3 गड्डियां नूं भी मौके ते ही काबू किया गया। इंस्पेक्टर सुविंदर कौर, SHO एयरपोर्ट। कि मैम जी प्रेस कॉन्फ्रेंस इस मसले ਉੱਤੇ ਸਾਡੇ ਮਾਨਯੋਗ ਸ੍ਰੀ ਅਰੁਣਪਾਲ ਸਿੰਘ ਜੀ IPS ਕਮਿਸ਼ਨਰ ਆਫ ਪੁਲਿਸ ADCP ਸਿਟੀ 2 ਸ੍ਰੀ ਪ੍ਰਭਜੋਤ ਸਿੰਘ ਵਿਰਕ ਅਤੇ ACP ਸਰਦਾਰ ਸਤਨਾਮ ਸਿੰਘ ਜੀ ਔਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਅਸੀਂ ਸਾਡਾ ਡੇਲੀ ਨਾਕਾ ਲੱਗਦਾ ਟੀ ਪੁਆਇੰਟ ਤੇ ਜਾਂ ਅਸੀਂ ਵੱਖ-ਵੱਖ ਜਗ੍ਹਾ ਤੇ ਲਾਉਨੇ ਆ ਉਸ ਦਿਨ ਜਿੱਤਾਂ ਮਿਤੀ 14 ਨੂੰ 14/5/2022 ਨੂੰ ਸਾਡਾ ਟੀ ਪੁਆਇੰਟ ਤੇ ਨਾਕਾ ਲੱਗਿਆ ਸੀ ਜਿੱਥੇ ਮੁਖਬਰ ਖਾਸ ਨੇ ਆਣ ਕੇ ਸਾਨੂੰ ਇਤਲਾਹ ਦਿੱਤੀ ਕਿ ਤਾਂ ਇੱਕ ਇੱਥੇ ਰੈਡੀਸਨ ਬਲੂ ਆ ਜਿਹਦੀ ਬੈਕ ਸਾਈਡ ਤੇ ਇੱਕ ਬਲੈਸਿੰਗ ਸਿਟੀ ਆ ਆਪਣਾ ਫਲੈਟਸ ਨੇ ਜਿਨ੍ਹਾਂ ਵਿੱਚ F2 ਫਲੈਟ ਆ ਜਿਹਦੇ ਵਿੱਚ ਤੀਸਰੀ ਮੰਜ਼ਿਲ ਦੇ ਜੇ ਤੇ ਅਣਪਛਾਤੇ ਬੰਦੇ ਆ ਜੋ 4-5 ਜਣੇ ਹੈਗੇ ਆ ਜਿਹਨੂੰ ਤੁਸੀਂ ਮੌਕੇ 'ਤੇ ਮਤਲਬ ਕਿ ਫੜ ਕੇ ਅਤੇ ਵੱਡੀ ਵਾਰਦਾਤ ਨੂੰ ਮਤਲਬ ਤੁਸੀਂ ਬਚਾ ਸਕਦੇ ਹੋਣ ਤੋਂ ਇਸ ਤਰ੍ਹਾਂ ਮੈਂ ਮੌਕੇ 'ਤੇ ਆਪਣੇ ਸੀਨੀਅਰ ਅਫਸਰਾਂ ਦੀ ਨੌਲੇਜ ਵਿੱਚ ਲਿਆ ਕੇ ਮੈਂ ਮੌਕੇ 'ਤੇ ਪੁੱਜੀ ਆਪਣੀ ਟੀਮ ਸਮੇਤ ਪੁੱਜੀ ਜੇ ਤੇ ਮੈਨੂੰ ਮੌਕੇ 'ਤੇ ਹੀ ਇਹ ਬੰਦੇ ਜਿਹੜੇ 5 ਜਿਹੜੇ ਸੀਗੇ ਬੰਦੇ ਉੱਥੇ ਮਿਲ ਗਏ। ਕੀ ਬਰਾਮਦ ਹੋਇਆ ਜੀ ਇਹਨਾਂ ਦੇ? ਇਹਨਾਂ ਕੋਲ ਇੱਕ ਨਜਾਇਜ਼ ਪਿਸਟਲ ਬਰਾਮਦ ਹੋਇਆ, 2 ਆਪਣੇ ਦਾਤਰ, 2 ਛੁਰੇ ਅਤੇ ਇੱਕ ਛੋਟਾ ਇੱਕ ਨਜਾਇਜ਼ ਪਿਸਟਲ ਹੋਇਆ। ਗੱਡੀਆਂ 3 ਗੱਡੀਆਂ ਬਰਾਮਦ ਹੋਈਆਂ ਜਿਹਨਾਂ ਨਸ਼ਾ ਹੋਇਆ ਵੀ ਨਸ਼ਾ 105 ਗ੍ਰਾਮ ਸਾਨੂੰ ਸਮੈਕ ਮਿਲਿਆ। ਡਰੱਗ ਮਿਲਣ ਕੋਈ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਇਹਨਾਂ ਦੇ? ਹਾਂਜੀ, ਇਹਨਾਂ 'ਚ ਇੱਕ ਰਿਤਿਕ ਆ ਜਿਨ੍ਹਾਂ ਦੇ ਉੱਤੇ ਮਤਲਬ ਕਿ 302 ਦਾ ਪਰਚਾ ਔਰ PO ਵੀ ਆ। ਇਹਨਾਂ ਦੇ ਪਹਿਲਾਂ ਜਿਹੜੇ ਕੇਸ ਐਨਡੀ ਦੇ PO ਆ, ਜਿੱਦਾਂ ਐਨਡੀ ਦੇ ਜਿਹੜੇ ਇਹਨਾਂ ਦੇ ਕੇਸ ਪਹਿਲਾਂ ਰਜਿਸਟਰਡ ਆ, ਗੁਰਪ੍ਰੀਤ ਸਿੰਘ 'ਤੇ ਵੀ ਆ। ਹਾਂਜੀ ਮੈਮ, ਕੋਈ ਵੱਡਾ ਖੁਲਾਸਾ ਹੋ ਸਕਦਾ ਇਹਨਾਂ ਕੋਲ? ਹਾਂਜੀ, ਸਾਡੀ ਇਨਵੈਸਟੀਗੇਸ਼ਨ ਜਾਰੀ ਆ, ਹੋਪਫੁਲੀ। ਹਾਂਜੀ, ਮਾਂਡ ਅਸੀਂ ਇਹਨਾਂ ਨੂੰ ਮਾਨਯੋਗ ਜੱਜ ਸਾਹਿਬ ਦੇ ਅੱਗੇ ਜਾ ਕੇ ਇਹਨਾਂ ਤੋਂ ਮਤਲਬ ਇਹਨਾਂ ਰਿਮਾਂਡ ਹਾਸਲ ਕਰਕੇ ਹੋਰ ਇਹਨਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜੀ? ਹਾਂਜੀ, ਭੱਜਣ ਦੀ ਕੋਸ਼ਿਸ਼ ਕੀਤੀ ਗਈ। ਮੇਰੇ ਟੀਮ ਨੇ ਇਹਨਾਂ ਨੂੰ ਮਤਲਬ ਕਿ ਫੜਿਆ ਬੜੀ ਮੁਸ਼ਕਲ ਨਾਲ ਇਹਨੂੰ ਕੈਚ ਕੀਤਾ। ਮੈਮ, ਜਿਹੜਾ ਪਿਸਟਲ ਹੈ ਉਹ 2 ਨੰਬਰ ਹੀ ਹੈ ਜਾਂ ਲਾਇਸੈਂਸੀ ਹੈ ਜੀ? ਉੱਤੇ ਮੇਡ ਇਨ ਇਟਲੀ ਲਿਖਿਆ, ਨਜਾਇਜ਼ ਹੀ ਆ। ਹਾਂਜੀ, ਉਹ ਵੈਰੀਫਾਈ ਕਰ ਰਹੇ ਹਾਂ। ਹਾਂਜੀ।